ਇੱਥੇ ਜਿਹੜਾ ਸਾਨੂੰ ਡਿਟੇਨ ਕੀਤਾ ਗਿਆ, ਇਸ ਤੋਂ ਪਹਿਲਾਂ ਮਨਜਿੰਦਰ ਜੀ ਕੀ ਸ਼ੁਰੂ ਹੁੰਦਾ, ਪਾਕਿਸਤਾਨ, ਫੈਸਲਾਬਾਦ ਜਾਂ ਅਫਗਾਨਿਸਤਾਨ? ਕਿਉਂ ਰੋਕਿਆ ਗਿਆ? ਪੰਜਾਬ ਸਰਕਾਰ ਦੇ ਖਿਲਾਫ ਬਿਗੋਲਾ ਸੰਗਰੂਰ ਤੋਂ ਜੜਾ ਪੁੱਟ ਦੇਵਾਂਗੇ। 5:30 ਵਜੇ ਮੈਨੂੰ ਚੱਕਿਆ, ਪੁਲਿਸ ਨੇ ਗੱਡੀ 'ਚ ਸਿੱਟ ਲਿਆ ਅਤੇ ਮੈਂ ਬੇਸਲਾ ਜਿਹਾ ਹੋ ਕੇ ਬੈਠ ਗਿਆ। ਫਿਰ ਉੱਥੋਂ ਦੌੜ ਲਾਈ ਉੱਤਰ ਕੇ ਅਤੇ ਕਿਲੋਮੀਟਰ ਤੱਕ ਪੰਜਾਬ ਪੁਲਿਸ ਮੇਰੇ ਮਗਰ ਭੱਜੀ ਅਤੇ ਉਹਨਾਂ ਨੂੰ ਦੱਸੀਏ ਵੀ ਪੰਜਾਬੀ ਦੀ ਜਵਾਨੀ ਕੀ ਹੁੰਦੀ ਹੈ। ਪਰਚੇ ਸ਼ਰਚੇ ਸਾਨੂੰ ਕੀ ਕਰ ਲੈਣਗੇ? ਸਾਡੇ ਬੰਦ ਬੰਦ ਕਟਾਈਆਂ, ਖੋਪੜੀਆਂ ਲਹਾਈਆਂ, ਉਹ ਕੌਮ ਆ, ਅਸੀਂ ਪਰਚਿਆਂ ਸ਼ਰਚਿਆਂ 'ਚੋਂ ਡਰਨ ਵਾਲੇ? ਅਸੀਂ ਆਵਾਜ਼ ਦੇਤੀ ਵੀ ਇਹਨਾਂ ਦੀਆਂ ਜੜਾਂ ਪੁੱਟ ਸਿੱਟੋ, ਇਹਨਾਂ ਦੀਆਂ ਜੜਾਂ ਨੂੰ ਤੇਲ ਪਾ ਦਿਓ। ਜਦੋਂ ਬਾਰਡਰ ਤੇ ਸਾਡੇ ਸੀਨੇ ਤੇ ਗੋਲੀਆਂ ਮਾਰਨੀਆਂ ਹੁੰਦੀਆਂ ਉਦੋਂ ਤਾਂ ਅਸੀਂ ਸ਼ਹੀਦ, ਅੱਜ ਜਦੋਂ ਹੱਕ ਮੰਗਣ ਆਏ, ਅੱਜ ਅਸੀਂ ਗੈਂਗਸਟਰ, ਅੱਜ ਅਸੀਂ ਵੱਖਵਾਦੀ, ਅੱਜ ਅਸੀਂ ਅੱਤਵਾਦੀ, ਅੱਜ ਅਸੀਂ ਖਾਲਿਸਤਾਨੀ, ਅੱਜ ਅਸੀਂ ਬਾਗੀ। ਸੰਗਰੂਰ ਵਿਖੇ ਹਾਈਵੇ ਜਾਮ ਹੋ ਚੁੱਕਿਆ। ਭਾਨਾ ਸਿੱਧੂ ਦੇ ਹੱਕ ਦੇ ਵਿੱਚ ਇਕੱਠ ਨੇ ਇੱਕ ਵੱਡਾ ਵਿਸ਼ਾਲ ਰੂਪ ਲੈ ਲਿਆ। ਲੱਖਾਂ ਰੋਕਾਂ ਟੋਕਾਂ ਦੇ ਬਾਵਜੂਦ ਇਕੱਠ ਇੱਥੇ ਪਹੁੰਚਿਆ। ਸਰਪੰਚ, ਸਹਿਣੇ ਤੋਂ ਸਰਪੰਚ ਪਹੁੰਚੇ ਨੇ, ਉਹਨਾਂ 'ਤੇ ਗੱਲਬਾਤ ਕਰਦਿਆਂ ਤੁਹਾਨੂੰ ਵੀ ਅਸੀਂ ਸੁਣਿਆ ਜੀ ਡਿਟੇਨ ਕਰ ਲਿਆ ਸੀ ਕਿ ਵੈਸੀ ਗੱਲ ਆ ਇਹ? ਸੋ ਸਤਿਕਾਰਯੋਗ ਵੀਰੋ, ਸੋਹਣੇ ਦੇਸ਼ ਪੰਜਾਬ ਦੇ ਵਾਸੀਓ, ਮੈਨੂੰ ਡਿਟੇਨ ਅੱਜ 5:30-6 ਵਜੇ ਚੱਕ ਲਿਆ ਸੀ ਸਵੇਰੇ ਘਰੋਂ। ਮੈਂ ਨਾਨਕਿਆਂ ਘਰੇ ਬਰਨਾਲੇ ਸੁੱਤਾ ਸੀ ਰਾਤ 12 ਵਜੇ ਆ ਕੇ। ਸੋ ਨੈਸ਼ਨਲ ਇੰਟੀਗ੍ਰੇਸ਼ਨ ਜਿਵੇਂ ਹੁੰਦੀ ਆ ਨਾ, ਉਸ ਦੀ ਅੱਜ ਜਿਹੜੀ ਮਿਸਾਲ ਲੋਕਾਂ ਨੇ ਦਿੱਤੀ ਮੈਂ ਤੁਹਾਨੂੰ ਦੱਸਾਂਗਾ। 5:30 ਵਜੇ ਮੈਨੂੰ ਚੱਕਿਆ, ਪੁਲਿਸ ਨੇ ਗੱਡੀ 'ਚ ਸਿੱਟ ਲਿਆ ਅਤੇ ਮੈਂ ਬੇਸਲਾ ਜਿਹਾ ਹੋ ਕੇ ਬੈਠ ਗਿਆ। ਫਿਰ ਉੱਥੋਂ ਦੌੜ ਲਾਈ ਉੱਤਰ ਕੇ ਅਤੇ ਕਿਲੋਮੀਟਰ ਤੱਕ ਪੰਜਾਬ ਪੁਲਿਸ ਮੇਰੇ ਮਗਰ ਭੱਜੀ ਅਤੇ ਉਹਨਾਂ ਨੂੰ ਦੱਸੀਏ ਵੀ ਪੰਜਾਬੀ ਦੀ ਜਵਾਨੀ ਕੀ ਹੁੰਦੀ ਹੈ। ਉਸ ਤੋਂ ਬਾਅਦ ਸ਼ਰਨ ਲਈ ਇੱਕ ਹਿੰਦੂ ਭਰਾ ਦੇ ਘਰ ਜਾ ਕੇ, ਜਿੱਥੇ ਇਕੱਲੀ ਲੇਡੀਜ਼ ਸੀਗੀ। ਸੋ ਉਹਨਾਂ ਨੇ ਜਿੱਥੇ ਸਵੇਰੇ ਚਾਹ ਪਾਣੀ ਸਿਕਾਇਆ, ਉੱਥੇ ਠੰਡ ਲੱਗ ਰਹੀ ਸੀ, ਆਹ ਲੋਈ ਦੇ ਕੇ ਭੇਜੀ ਆ। ਉਸ ਤੋਂ ਬਾਅਦ ਜਦੋਂ ਸਕੂਟਰ 'ਤੇ ਮੈਨੂੰ ਸੇਫਲੀ ਕੱਢ ਰਹੇ ਸੀਗੇ ਤਾਂ ਇੱਕ ਸਿੱਖ ਪਰਿਵਾਰ ਦੇ ਘਰ ਗਿਆ ਅਤੇ ਉੱਥੇ ਆਹ ਸਰੋਪਾ ਸਾਹਿਬ ਦੀ ਬਖਸ਼ਿਸ਼ ਹੋਈ। ਸੋ ਇਹ ਤਾਂ ਸਾਡਾ ਸੋਹਣਾ ਦੇਸ਼ ਪੰਜਾਬ ਆ। ਸੋ ਸਾਡੇ ਇੱਕ ਨਵੀਂ ਚੀਜ਼ ਜਿਹੜੀ ਮੇਰੀ ਲਾਈਫ 'ਚ ਆਈ, ਬੜੀ ਜਿਹੜੇ ਸੰਘਰਸ਼ੀ ਲੋਕ ਹੁੰਦੇ ਨੇ, ਬਾਗੀ ਲੋਕ ਹੁੰਦੇ ਨੇ, ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਰਹੀ ਹੋਈ। ਆਹ ਸਾਡੇ 'ਤੇ ਥੋੜ੍ਹੀ ਜਿਹੀ ਵਿਪਤਾ ਪਈ, ਸੋ ਅਸੀਂ ਇੰਨੀ ਮਤਲਬ ਤਕਲੀਫ ਘੱਟੀ ਪੰਜਾਬ ਦੀ ਜ਼ਬਾਨੀ ਨੇ। ਸੋ ਅੱਜ ਇਹ ਜਿਹੜਾ ਰੋਹ ਉੱਠ ਕੇ ਆਇਆ ਨਾ ਮਨਜਿੰਦਰ ਜੀ, ਇਹ ਜੇ ਮੈਂ ਦੱਸਾਂ ਨਾ, ਮਸਲਾ ਸਹਿਣੇ ਵਾਲਾ ਸਰਪੰਚ ਨਹੀਂ ਗਾ, ਮਸਲਾ ਭਾਨਾ ਸਿੱਧੂ ਨਹੀਂ ਆ, ਮਸਲਾ ਲੱਖਾ ਸਧਾਣਾ ਨਹੀਂ ਆ। ਅਸੀਂ ਤਾਂ ਉਹ ਕੌਮ ਹੈ, ਪਰਚੇ ਸ਼ਰਚੇ ਸਾਨੂੰ ਕੀ ਕਰ ਲੈਣਗੇ? ਸਾਡੇ ਬੰਦ ਬੰਦ ਕਟਾਈਆਂ, ਖੋਪੜੀਆਂ ਲਹਾਈਆਂ, ਉਹ ਕੌਮ ਆ, ਅਸੀਂ ਪਰਚਿਆਂ ਸ਼ਰਚਿਆਂ 'ਚੋਂ ਡਰਨ ਵਾਲੇ? ਮਸਲਾ ਅੱਜ ਪੰਜਾਬ ਦੀ ਨੌਜਵਾਨੀ, ਮਸਲਾ ਅੱਜ ਪੰਜਾਬ ਦੀ ਕਿਸਾਨੀ, ਮਸਲਾ ਅੱਜ ਪੰਜਾਬ ਦਾ ਮਜ਼ਦੂਰ, ਮਸਲਾ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ, ਜਿਹੜੇ ਇਹਨਾਂ ਨੇ ਲਾਰੇ ਸਾਨੂੰ ਦਿੱਤੇ ਹਨ, ਉਹ ਰੋਹ ਉੱਠ ਕੇ ਇੱਥੇ ਆਇਆ ਮਨਜਿੰਦਰ ਜੀ। ਅੱਜ ਪੰਜਾਬ ਆਮ ਆਦਮੀ ਸਰਕਾਰ ਦੇ ਖਿਲਾਫ਼ ਜੜਾ ਪੁੱਟਣ ਦਾ ਬਿਗੋਲਾ ਹੈ। ਮੈਂ ਨਹੀਂ ਉੱਠ ਸਕਿਆ, ਮੇਰੇ ਕੋਲ ਐਡਾ ਧਨ ਬਲ ਨਹੀਂ। ਦੱਸੋ ਮੈਨੂੰ, ਅੰਮ੍ਰਿਤਪਾਲ ਸਿੰਘ ਖਾਲਸਾ ਜਦੋਂ ਪੰਜਾਬ ਤੁਰਿਆ ਸੀਗਾ ਆਪਣੇ ਧਰਮ ਦੇ ਨਾਂ 'ਤੇ, ਕੀ ਕੋਈ ਉਹ ਬੰਬ ਗੋਲੀ ਲੈ ਕੇ ਤੁਰਿਆ ਸੀ? ਕੀ ਉਹ ਕੋਈ ਤੋਪ ਲੈ ਕੇ ਤੁਰਿਆ ਸੀ? ਉਹਨੂੰ ਡੱਕ ਕੇ ਡਿਬਰੂਗੜ੍ਹ ਜੇਲ੍ਹ ਸਿੱਟਤਾ। ਇਸ ਤਰ੍ਹਾਂ ਦਾ ਮਾਹੌਲ, ਸਹਿਮ ਦਾ ਮਾਹੌਲ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਬਣਾਇਆ ਵੀ ਇੱਕ ਵੀ ਨੌਜਵਾਨ ਨਹੀਂ ਉੱਠ ਸਕਿਆ। ਅੱਜ ਉਹ ਰੋਹ ਵੀ ਇੱਥੇ ਉੱਠ ਕੇ ਆਇਆ। ਇਹ ਅੱਜ ਜਿਵੇਂ ਕਹਿੰਦੇ ਆ ਨਾ ਮਲਟੀ ਕਲਰ, ਇਹ ਮਲਟੀ ਕਲਰ ਹੈ। ਇਹ ਜਵਾਨੀ ਉੱਠੀ ਹੈ, ਕਿਸਾਨੀ ਉੱਠੀ ਹੈ, ਮਜ਼ਦੂਰ ਉੱਠੇ ਨੇ, ਇਹ ਆਮ ਲੋਕ ਉੱਠੇ ਨੇ ਪੰਜਾਬ ਸਰਕਾਰ ਦੇ ਖਿਲਾਫ਼ ਬਿਗੋਲਾ ਸੰਗਰੂਰ ਤੋਂ ਜੜਾਂ ਪੁੱਟ ਦੇਵਾਂਗੇ। ਪਰ ਇੱਕ ਚੀਜ਼ ਹੋਰ ਹੈ, ਇੱਕ
ਸਵਾਲ ਆ ਸਰਪੰਚ ਸਾਹਿਬ, ਜਿਵੇਂ ਤੁਸੀਂ ਕਿਹਾ ਤੁਹਾਨੂੰ ਵੀ ਚੱਕਿਆ, ਬੜੇ ਕਿਸਾਨ ਆਗੂ ਨੂੰ ਚੁੱਕਿਆ ਗਿਆ, ਰੋਕਿਆ ਗਿਆ, ਬੜੇ ਪੱਤਰਕਾਰਾਂ ਨੂੰ ਵੀ ਰੋਕਿਆ ਗਿਆ, ਆਮ ਲੋਕਾਂ ਦੇ ਲਈ ਵੀ ਲੱਖਾਂ ਰੋਕਾਂ ਲਾਈਆਂ ਗਈਆਂ, ਆਮ ਲੋਕਾਂ ਤੋਂ ਡਰ ਕੀ ਹੋ ਗਿਆ? ਖਾਸ ਕਰ ਉਸ ਮੁੱਖ ਮੰਤਰੀ ਨੂੰ ਜਿਹੜਾ ਕਹਿੰਦੇ ਸੀ ਕਿ ਆਮ ਘਰ ਦਾ ਮੁੱਖ ਮੰਤਰੀ, ਆਮ ਘਰ ਦਾ ਮੁੰਡਾ, ਤਾਂ ਅੱਜ ਕੋਠੀ ਤੱਕ ਵੀ ਨਹੀਂ ਜਾਣ ਦਿੱਤਾ, ਹਾਲਾਂਕਿ ਕੋਠੀ ਦੇ ਵਿੱਚ ਹੈ ਵੀ ਨਹੀਂ ਖੁਦ। ਕਹਿੰਦੇ ਮੂਰਲਾ ਜਿਹੇ ਜੀ ਗੇਮ ਖੇਡੋ ਨਾ, ਉਹੋ ਜਿਹਾ ਪਾਸਾ ਸਿੱਟੋ। ਆਮ ਆਦਮੀ ਨੇ ਕਿਹੜੀ ਗੇਮ ਖੇਡੀ ਸੀ? ਸੋਸ਼ਲ ਮੀਡੀਆ ਦੀ। ਅੱਜ ਅਸੀਂ ਸੋਸ਼ਲ ਮੀਡੀਆ ਰਾਹੀਂ ਢਾਲਿਆ, ਹਜ਼ਮ ਨਹੀਂ ਆ ਰਿਹਾ ਇਹਨਾਂ ਨੂੰ, ਅੱਜ ਪਿੱਟ ਰਹੇ ਨੇ। ਅੱਜ ਇੱਥੇ ਆਏ ਹਾਂ ਅਸੀਂ, ਦੱਸੋ ਇੱਥੇ ਜਿਹੜਾ ਸਾਨੂੰ ਡਿਟੇਨ ਕੀਤਾ ਗਿਆ, ਇਸ ਤੋਂ ਪਹਿਲਾਂ ਮਨਜਿੰਦਰ ਜੀ ਕੀ ਸ਼ੁਰੂ ਹੁੰਦਾ? ਪਾਕਿਸਤਾਨ, ਫੈਸਲਾਬਾਦ ਜਾਂ ਅਫਗਾਨਿਸਤਾਨ? ਕਿਉਂ ਰੋਕਿਆ ਗਿਆ? ਜਦੋਂ ਬਾਰਡਰ 'ਤੇ ਸਾਡੇ ਸੀਨੇ 'ਤੇ ਗੋਲੀਆਂ ਮਾਰਨੀਆਂ ਹੁੰਦੀਆਂ, ਉਦੋਂ ਤਾਂ ਅਸੀਂ ਸ਼ਹੀਦ, ਸਿੱਖ ਕੌਮ ਸ਼ਹੀਦ। ਅੱਜ ਜਦੋਂ ਹੱਕ ਮੰਗਣ ਆਏ, ਅੱਜ ਅਸੀਂ ਗੈਂਗਸਟਰ, ਅੱਜ ਅਸੀਂ ਵੱਖਵਾਦੀ, ਅੱਜ ਅਸੀਂ ਅੱਤਵਾਦੀ, ਅੱਜ ਅਸੀਂ ਖਾਲਿਸਤਾਨੀ, ਅੱਜ ਅਸੀਂ ਬਾਗੀ, ਇਹ ਨਾਮ ਦੇ ਰਹੀਆਂ ਸਮੇਂ ਦੀਆਂ ਸਰਕਾਰਾਂ ਸਾਨੂੰ। ਮੈਂ ਕਹਿੰਦਾ ਵੀ ਸਾਡਾ ਸਿੱਧੂ ਮੂਸੇਵਾਲਾ ਮਾਰਿਆ, ਨਹੀਂ ਰੋਹ ਉੱਠ ਸਕਿਆ। ਦੀਪ ਸਿੱਧੂ ਮਾਰਤਾ, ਭਾਈ ਨਿੱਜਰ ਮਾਰਤਾ, ਹੋਰ ਵੱਖ ਵੱਖ ਲੋਕ ਮਾਰਤੇ, ਨਹੀਂ ਉੱਠ ਸਕੇ। ਅੱਜ ਇੱਕ ਬਹਾਨਾ ਬਣਿਆ, ਅੱਜ ਲੋਕ ਇਕੱਠੇ ਹੋ ਗਏ, ਆ ਗਏ ਸੜਕਾਂ 'ਤੇ, ਰੋਕੋ ਰੋਕੋ। ਸਰਬੰਸ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਕੀ ਕਿਹਾ, ਸਾਨੂੰ ਕੀ ਕਿਹਾ? ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਉਸ ਤੋਂ ਵੱਡੀ ਪਾਪ ਹੈ। ਜ਼ੁਲਮ ਦੇ ਖਿਲਾਫ਼ ਮੀਰੀ ਪੀਰੀ ਦੀ ਜਿਹੜੀ ਤਲਵਾਰ ਆ, ਤਲਵਾਰ ਚੱਕਣ 'ਤੇ ਸਾਨੂੰ ਸੱਦਾ ਦਿੱਤਾ, ਪਰ ਸਾਡੇ ਜਿਹੜੇ ਬਜ਼ੁਰਗ ਨੇ ਸਾਨੂੰ ਕੀ ਕਿਹਾ? ਨਹੀਂ, 84 ਨਹੀਂ ਚਾਹੀਦੀ ਦੁਬਾਰੀ, ਹਥਿਆਰਾਂ ਦੀ ਗੱਲ ਨਹੀਂ ਕਰਨੀ, ਵਿਚਾਰਾਂ ਦੀ ਗੱਲ ਕਰਨੀ ਆ, ਆਵਾਜ਼ ਦੀ ਗੱਲ ਕਰਨੀ ਆ। ਤਾਂ ਅੱਜ ਅਸੀਂ ਆਵਾਜ਼ ਲੈ ਕੇ ਇੱਥੇ ਆਏ ਹਾਂ, ਕਿਉਂ ਡਰ ਰਹੀ ਆ ਆਮ ਆਦਮੀ ਪਾਰਟੀ? ਆਵਾਜ਼ ਸੁਣੇ, ਆਵਾਜ਼ ਦਾ ਸਾਡਾ ਗਲਾ ਦਬਾਇਆ ਜਾ ਰਿਹਾ। ਇਹ ਆਵਾਜ਼ ਜਿਹੜੀ ਕਿਸਾਨ ਜਥੇਬੰਦੀਆਂ ਨੇ ਦਿੱਤੀ ਆ, ਮਜ਼ਦੂਰ ਜਥੇਬੰਦੀਆਂ ਨੇ ਦਿੱਤੀ ਆ, ਨੌਜਵਾਨਾਂ ਲਈ ਆਵਾਜ਼ ਗੂੰਜੇਗੀ। ਪਰਚੇ ਸਾਨੂੰ ਡਰਾ ਨਹੀਂ ਸਕਦੇ। ਇੱਕ ਚੀਜ਼ ਹੋਰ ਆ, ਜਿਹੜੇ ਮੁੱਖ ਮੰਤਰੀ ਨੇ ਇਹ ਕਿਹਾ ਸੀ ਕਿ ਮੇਰੇ ਦਰਵਾਜ਼ੇ ਹਮੇਸ਼ਾ ਦੇ ਲਈ ਖੁੱਲ੍ਹੇ, ਕੀ ਮੰਨਦੇ ਹੋ ਕਿ ਅੱਜ ਦਰਵਾਜ਼ੇ ਵੀ ਬੰਦ ਨੇ, ਅੱਗੇ ਬੈਰੀਕੇਡ ਲੱਗੇ ਹੋਏ ਨੇ? ਮੁੱਖ ਮੰਤਰੀ ਨੇ ਜਿਹੜੀ ਆਪਦੀ ਕੁਆਲਿਟੀ ਪੇਸ਼ ਕੀਤੀ ਆ ਨਾ, ਅਤੇ ਸਾਨੂੰ ਤਾਂ ਬਸ ਉਹ 'ਤੇ ਕੋਈ ਯਕੀਨ ਹੀ ਨਹੀਂ ਰਹਿ ਗਿਆ। ਇਹ ਯਾਰ ਸਾਡਾ ਸੋਹਣਾ ਦੇਸ਼ ਪੰਜਾਬ ਆ, ਇਸ ਦੇ ਰਾਜ ਸਿੰਘਾਸਨ 'ਤੇ ਬੈਠਾ ਮਹਾਰਾਜਾ ਰਣਜੀਤ ਸਿੰਘ, ਇਸ ਦੇ ਰਾਜ ਸਿੰਘਾਸਨ 'ਤੇ ਬੈਠਾ ਸਰਬੰਸ ਸਦਾਨੀ ਗੁਰੂ ਗੋਬਿੰਦ ਸਿੰਘ, ਅੱਜ ਪੰਜਾਬੀ ਭੋਲੇ ਪਾਲੇ ਕਿਹੋ ਜਿਹੇ ਯਾਰ, ਇਹੋ ਜਿਹੇ ਬੰਦੇ ਨੂੰ, ਨਸ਼ੇਖੋਰ ਬੰਦੇ ਨੂੰ ਜਿਹੜਾ ਆਪਦੀ ਔਰਤ ਦੇ ਪ੍ਰੈਗਨੈਂਟ ਹੋਣ ਦੀਆਂ ਨਿਊਜ਼ਾਂ ਦੇ ਰਿਹਾ। ਸਾਨੂੰ ਤਾਂ ਤੁਹਾਡੀ ਇਹਨਾਂ ਦੀ ਕਾਨੂੰਨ ਵਿਵਸਥਾ 'ਚ ਸਾਨੂੰ ਰੱਤਾ ਪਰ ਵੀ ਯਕੀਨ ਨਹੀਂ ਆ। ਮੇਰੇ 'ਤੇ 12 ਪਰਚੇ ਹੋਏ, ਭਾਨੇ 'ਤੇ 12 ਇੰਨੇ ਪਰਚੇ ਹੋਏ, ਕਿਹੜਾ ਇੰਸਟੀਚਿਊਟ ਆ ਜਿਹੜਾ ਸਾਨੂੰ ਇਨਸਾਫ ਦਵਾਏਗਾ? ਕਿਹਦੇ ਕੋਲ ਜਾਈਏ? ਉਸੇ ਪੁਲਿਸ ਕੋਲ ਇਨਕੁਆਇਰੀ ਲਵਾਈਏ ਜਿਹਨੇ ਸਾਡੇ 'ਤੇ ਪਰਚੇ ਕੀਤੇ? ਭਾਨਾ ਸਿੱਧੂ ਨੇ ਚੈਨੀ ਖੋਲੀ, ਮੈਂ 2,000 ਰੁਪਈਆ ਖੋਲਿਆ, ਮੈਂ ਹਰੇਕ ਜਗ੍ਹਾ ਜਾ ਕੇ ਪਿੱਟਦਾ ਵੀ ਮੈਥੋਂ ਸਬੂਤ ਲੈ ਲਓ, ਜਿਹਦੇ ਤੁਸੀਂ ਪਰਚਾ ਦਰਜ ਕਰਾਇਆ ਉਹਦੀ ਆਵਾਜ਼ ਸੁਣੋ, ਉਹਦਾ ਸਟਿੰਗ ਓਪਰੇਸ਼ਨ ਸੁਣੋ, ਕੀ ਕਹਿ ਰਹੇ? ਸਾਡੇ ਕੋਈ ਸੁਣਨ ਨੂੰ ਤਿਆਰ ਨਹੀਂ। ਸੋ ਮੈਂ ਅੱਜ ਆਵਾਜ਼ ਤੁਹਾਨੂੰ ਕਹਿਣਾ, ਬਾਈ ਜੀ ਭਾਨਾ ਸਿੱਧੂ 'ਚ ਵੀ ਬੜੀ ਤਾਕਤ ਹੈ ਸੋਸ਼ਲ ਮੀਡੀਆ ਦੀ, ਲੱਖੇ ਭਰਾ 'ਚ ਵੀ ਬੜੀ ਤਾਕਤ ਹੈ, ਮੇਰੇ ਮਗਰ ਵੀ 500 ਲੋਕ ਆ ਜਾਣਗੇ, ਪਰ ਕਦੇ ਭੁੱਲਿਓ ਨਾ ਉਹ ਹਜ਼ਾਰਾਂ ਨੌਜਵਾਨ ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਬਣ ਸਕਿਆ, ਉਹਨਾਂ ਦੀ ਵੀ ਆਵਾਜ਼ ਲੈ ਕੇ ਆਪਾਂ ਇੱਥੇ ਆਏ ਹਾਂ। ਜੇ ਸਾਡੇ ਨਾਲ ਜਿਹੜੇ ਇੰਨੇ ਫੇਮਸ ਬੰਦੇ ਨੇ ਉਹਨਾਂ ਨਾਲ ਇਹ ਕੁਛ ਹੋ ਰਿਹਾ, ਅਤੇ ਆਮ ਬੰਦੇ ਨਾਲ ਕਿਹੋ ਜਿਹਾ ਵਰਤੀਰਾ ਕਰਦੇ ਹੋਣਗੇ? ਮਨਜਿੰਦਰ ਜੀ ਦੱਸੋ, ਨਹੀਂ ਹੁਣ ਕੀ ਲੱਗ ਰਿਹਾ, ਅੱਗੇ ਕੀ ਲੱਗ ਰਿਹਾ? ਹੁਣ ਇੱਥੇ ਤਾਂ ਆ ਗਏ ਹਾਂ, ਇਦੋਂ ਗਾਂਹ ਦਾ ਕੀ ਹੈ? ਕੀ ਲੱਗ ਰਿਹਾ ਕਿ ਕਾਮਯਾਬ ਹੋਵੋਗੇ? ਕੀ ਲੱਗ ਰਿਹਾ ਕਿ ਸਰਕਾਰ ਗੱਲ ਮੰਨੂਗੀ? ਸਰਕਾਰ ਸਾਡੀ ਗੱਲ ਮੰਨੇ ਨਾ ਮੰਨੇ, ਅਸੀਂ ਆਵਾਜ਼ ਦੇਤੀ ਵੀ ਇਹਨਾਂ ਦੀਆਂ ਜੜ੍ਹਾਂ ਪੁੱਟ ਸਿੱਟੋ, ਇਹਨਾਂ ਦੀਆਂ ਜੜ੍ਹਾਂ ਨੂੰ ਤੇਲ ਪਾ ਦਿਓ, ਤਾਂ ਤੇਲ ਪਾਤਾ ਅੱਜ ਮਿੱਟੀ ਦਾ ਇਹਨਾਂ ਦੀਆਂ ਜੜ੍ਹਾਂ ਨੂੰ। ਸੋ ਮਨਜਿੰਦਰ ਜੀ ਮੈਂ ਬਾਰ ਬਾਰ ਕਹਿਣਾ ਗਾ, ਤੁਹਾਡੇ 'ਚ ਜਿੰਨਾ ਵੀ ਟੈਲੈਂਟ ਆ, ਜਿੰਨੇ ਵੀ ਤੁਸੀਂ ਮਿਹਨਤੀ ਹੋ, ਕੋਈ ਮਾਇਨੇ ਨਹੀਂ ਰੱਖਦਾ, ਕਿਸਮਤ ਮੂਹਰੇ ਕੋਈ ਮਾਇਨੇ ਨਹੀਂ ਰੱਖਦਾ, ਕਿਸਮਤ ਨੇ ਜੋ ਦੇਣਾ ਤੁਹਾਨੂੰ ਦੇ ਦੇਣਾ। ਇਹ ਲੋਕ
ਕਿਸਮਤ ਦੇ ਧਨੀ ਜਿਹੜੇ ਸਾਡੇ ਮੂਹਰੇ ਚੁਣ ਕੇ ਆ ਗਏ, ਕਿਸਮਤਾਂ ਇਹਨਾਂ ਦੇ ਨਾਲ ਸੀ, ਕਿਸਮਤ ਨੇ ਪਾਤਸ਼ਾਹੀਆਂ ਇਹਨਾਂ ਨੂੰ ਬਖਸ਼ਤੀਆਂ, ਪਰ ਇਹ ਜਿਹੜੀਆਂ ਪਾਤਸ਼ਾਹੀਆਂ ਕਿਸਮਤ ਨੇ ਬਖਸ਼ੀਆਂ ਉਸ ਨੂੰ ਹੰਡਾਉਣ ਦੇ ਕਾਬਲ ਨਹੀਂ। ਕਿਸਮਤ ਤੁਹਾਡੇ 'ਤੇ ਸਿੱਟ ਦਿੰਦੀ ਆ ਵੀ ਜਿਹੜੀ ਤੁਹਾਨੂੰ ਚੀਜ਼ ਦਿੱਤੀ ਆ ਉਹਨੂੰ ਤੁਸੀਂ ਵਰਤ ਸਕਦੇ ਹੋ ਕਿ ਨਹੀਂ। ਅੱਜ ਵਰਤਣ ਇਹ ਹਰ ਪਾਸੇ ਹੱਲਾ, ਹਰ ਪਾਸੇ ਅੰਧੇਰਗਰਦੀ, ਕਤਲੋਗਰਦ, ਚੋਰ, ਡਕੈਤੀ, ਠੀਕ ਆ। ਅਲੀ ਬਾਬਾ 40 ਚੋਰ ਬਣ ਗਿਆ, ਕਹਿੰਦਾ ਮੈਂ ਕਰਪਸ਼ਨ ਨਹੀਂ ਕਰਦਾ, ਮੈਨੂੰ ਕਰਪਸ਼ਨ ਦਾ ਪੈਸਾ ਲਿਆ ਕੇ ਦਿੰਦੇ ਆ। ਸੋ ਅੱਜ ਤੁਹਾਡੇ ਮੂਹਰੇ ਇੱਕ ਨਵਾਂ ਨਾਰਾ ਦੇ ਰਿਹਾ ਬਈ, ਪੰਜਾਬ ਪੁਲਿਸ ਨੂੰ ਸਰਕਾਰੀ ਜ਼ਬਰ ਤੋਂ ਆਜ਼ਾਦ ਕਰੋ। ਨੌਜਵਾਨੋ ਇੱਕ ਨਾਰਾ ਮਾਰਨਾ, ਆਮ ਆਦਮੀ ਪਾਰਟੀ ਤੋਂ ਪੰਜਾਬ ਪੁਲਿਸ ਨੂੰ ਆਜ਼ਾਦ ਕਰੋ, ਪੰਜਾਬ ਆਮ ਆਦਮੀ ਪਾਰਟੀ ਤੋਂ ਪੰਜਾਬ ਪੁਲਿਸ ਨੂੰ ਆਜ਼ਾਦ ਕਰੋ, ਪੰਜਾਬ ਸਰਕਾਰ ਮੁਰਦਾਬਾਦ। ਹੋਰ ਕੋਈ ਸਵਾਲ? ਧੰਨਵਾਦ, ਥੈਂਕ ਯੂ, ਲਵ ਯੂ ਬ੍ਰਦਰ।